ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਪੰਜਾਬੀ ਵਰਲਡ ਵਾਈਡ ਟੀ ਵੀ ਦੇ ਨਾਲ ਅਤੇ ਮੈਂ ਪ੍ਰਦੀਪ ਬੈਂਸ ਤੁਹਾਡਾ ਸਵਾਗਤ ਕਰਦਾ ਹਾਂ। ਤਸਵੀਰਾਂ ਨੇ ਪਿੰਡ ਅਕਾਲਗੜ੍ਹ ਤਹਿਸੀਲ ਗੜ੍ਹਸ਼ੰਕਰ ਦੀਆਂ, ਜਿੱਥੇ ਅੱਜ ਪੰਥ ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਦੇ ਸਹਿਯੋਗ ਦੇ ਨਾਲ ਇੱਕ ਮੈਡੀਕਲ ਕੈਂਪ ਜਿਹੜਾ ਸਵਰਗੀ ਸਰਦਾਰ ਮਹਿੰਦਰ ਸਿੰਘ ਗਿੱਲ ਉਹਨਾਂ ਦੀ ਯਾਦ ਦੇ ਵਿੱਚ 19ਵਾਂ ਮੈਡੀਕਲ ਕੈਂਪ ਜਿਹੜਾ ਲਗਾਇਆ ਜਾ ਰਿਹਾ, ਜਿਸ ਦੇ ਵਿੱਚ ਜਿਹੜਾ ਹੈਗਾ ਅੱਖਾਂ ਦੀਆਂ ਬਿਮਾਰੀਆਂ, ਆਪਰੇਸ਼ਨ, ਲੈਂਜ, ਐਨਕਾਂ ਆਦਿ ਦਾ ਸਾਰਾ ਇਲਾਜ ਜਿਹੜਾ ਉਹ ਮੁਫਤ ਕੀਤਾ ਜਾਵੇਗਾ ਜੀ। ਕੈਂਪ ਵਿੱਚ ਆਉਣ ਵਾਲੇ ਮਰੀਜ਼ਾਂ ਦੇ ਲਈ ਖਾਸ ਤੌਰ 'ਤੇ ਲੰਗਰ, ਚਾਹ ਪਾਣੀ ਅਤੇ ਆਉਣ ਜਾਣ ਦਾ ਜਿਹੜਾ ਪ੍ਰਬੰਧ ਵੀ ਜਿਹੜਾ ਉਹ ਸਮੂਹ ਗੇਲ ਪਰਿਵਾਰ ਕੈਨੇਡਾ ਨਿਵਾਸੀਆਂ ਵੱਲੋਂ ਕੀਤਾ ਗਿਆ ਹੈਗਾ। ਸੋ ਦੇਖਦੇ ਹਾਂ ਪੂਰੀ ਰਿਪੋਰਟ ਪੰਜਾਬੀ ਵਰਲਡ ਵਾਈਡ ਤੋਂ। ਪ੍ਰਦੀਪ ਬੈਂਸ ਦੇ ਨਾਲ ਕੈਮਰਾ ਪਰਸਨ ਗੁਰਪਾਲ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਮੈਡੀਕਲ ਕੈਂਪ ਸਾਡੇ ਪਿੰਡ ਅਕਾਲਗੜ੍ਹ 'ਚ ਸਾਡੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਜੋ 19ਵਾਂ ਮੈਡੀਕਲ ਕੈਂਪ ਹੈ, ਜੋ ਸਾਡੇ ਫਾਦਰ ਸਰਦਾਰ ਮਹਿੰਦਰ ਸਿੰਘ ਗਿੱਲ ਦੀ ਯਾਦ ਦੇ ਵਿੱਚ ਲਗਾਇਆ ਜਾ ਰਿਹਾ। ਮੈਡੀਕਲ ਕੈਂਪ ਹਰੇਕ ਸਾਲ ਲੱਗਦਾ, ਇਸ ਬਾਰੇ ਮੈਡੀਕਲ ਕੈਂਪ ਥੋੜ੍ਹਾ ਜਿਹਾ ਆਲਮੋਸਟ ਇੱਕ ਮਹੀਨਾ ਅਰਲੀ ਹੋ ਗਿਆ। ਪਿਛਲੇ ਸਮੇਂ ਵੈਦਰ ਕਾਫੀ ਖਰਾਬ ਰਿਹਾ ਅਤੇ ਸਾਨੂੰ ਡਰ ਸੀ ਕਿ ਕਿਤੇ ਅੱਜ ਵੀ ਵੈਦਰ ਜਿਹੜਾ ਆ ਉਹ ਖਰਾਬ ਨਾ ਹੋਵੇ। ਵਾਹਿਗੁਰੂ ਅੱਗੇ ਅਰਦਾਸ ਕੀਤੀ, ਪਰ ਅੱਜ ਵੈਦਰ ਬਹੁਤ ਸਾਫ਼ ਹੋ ਗਿਆ ਅਤੇ ਕੈਂਪ ਦੇ ਵਿੱਚ ਮੇਰੇ ਖਿਆਲ ਪਿਛਲੀ ਵਾਰ ਨਾਲੋਂ ਵੀ ਵੱਧ ਜਿਹੜੀ ਆ ਸੰਗਤ ਆਈ ਆ। ਅਤੇ ਕੈਂਪ ਦੇ ਵਿੱਚ ਸਾਰੇ ਸਾਡੇ ਨਗਰ ਦਾ ਅਸੀਂ ਧੰਨਵਾਦ ਕਰਦੇ ਹਾਂ। ਸਾਰਾ ਨਗਰ ਇਸ ਵੇਲੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰ ਰਿਹਾ, ਸਹਿਯੋਗ ਕਰ ਰਿਹਾ। ਇਸ ਵਾਰ ਇਸ ਮੈਡੀਕਲ ਕੈਂਪ 'ਚ ਮੇਰੀ ਵਾਈਫ ਤਜਿੰਦਰ ਕੌਰ ਉਹ ਵੀ ਮੇਰੇ ਨਾਲ ਆਏ ਨੇ, ਮੇਰੀਆਂ ਬੇਟੀਆਂ ਜੰਨਤ ਐਂਡ ਸੀਰਤ ਉਹ ਵੀ ਆਏ ਨੇ, ਅਤੇ ਖਾਸ ਤੌਰ 'ਤੇ ਮੇਰੀ ਤੀਜੀ ਬੇਟੀ ਮੇਰੀ ਨੀਜ਼ ਇੰਦੂ ਉਹ ਵੀ ਆਏ ਨੇ। ਇੰਦੂ ਹੁਣੀ ਵੀ ਮੈਡੀਕਲ ਕੈਂਪ ਲਗਾਉਂਦੇ ਨੇ, ਸਾਡੇ ਭਾਈਆ ਜੀ ਅਵਤਾਰ ਸਿੰਘ ਘੁੰਮਣ, ਮੇਰੀ ਸਿਸਟਰ ਭੁਪਿੰਦਰ ਕੌਰ ਘੁੰਮਣ ਚੱਕ ਸਿੰਘ ਦੇ ਵਿੱਚ, ਉਹ ਪਿੱਛੇ ਦਸੰਬਰ ਦੇ ਵਿੱਚ ਲਗਾ ਕੇ ਗਏ ਨੇ ਅਤੇ ਬੇਟੀ ਕੋਲ ਉੱਥੇ ਆ ਨਹੀਂ ਸੀ ਹੋਇਆ ਅਤੇ ਹੁਣ ਇਸ ਕੈਂਪ ਵਿੱਚ ਆਏ ਨੇ। ਅਤੇ ਮੇਰਾ ਬੇਟਾ ਸਰਤਾਜ ਉਹ ਵੀ ਆਇਆ ਸੀ, ਪਰ ਉਹਨੂੰ ਉਹਦਾ ਟੂਰਨਾਮੈਂਟ ਸੀ ਉਹ ਰੈਸਲਿੰਗ ਕਰਦਾ ਅਤੇ ਉਹਨੂੰ ਪਹਿਲਾਂ ਜਾਣਾ ਪੈ ਗਿਆ। ਅਤੇ ਮੇਰਾ ਭਤੀਜਾ ਰਾਜਨਵੀਰ ਗਿੱਲ ਉਹ ਵੀ ਆਇਆ ਹੋਇਆ ਸੀ, ਉਹਨਾਂ ਦੋਨਾਂ ਨੂੰ ਪਿਛਲੇ ਹਫ਼ਤੇ ਵਾਪਸ ਜਾਣਾ ਪੈ ਗਿਆ। ਮੈਡੀਕਲ ਕੈਂਪ ਦੀ ਗੱਲ ਕਰੀਏ ਤਾਂ ਖਾਸ ਤੌਰ 'ਤੇ ਤੁਹਾਨੂੰ ਜਿਹੜੇ ਪ੍ਰਬੰਧ ਕਰਨੇ ਪੈਂਦੇ ਨੇ, ਚਾਹੇ ਉਹ ਡਾਕਟਰਾਂ ਦੇ ਹੋਣ ਜਾਂ ਹੋਰ ਸੰਗਤ ਦੇ ਆਉਣ ਜਾਣ ਲਈ ਹੋਣ, ਤਾਂ ਕਿਵੇਂ ਮੈਨੇਜ ਕਰਦੇ? ਦੇਖੋ ਹੁਣ ਤਾਂ ਥੋੜ੍ਹਾ ਐਕਸਪੀਰੀਅੰਸ ਹੋ ਗਿਆ, ਪਰ ਹਾਲੇ ਵੀ ਕਾਫੀ ਦਿੱਕਤਾਂ ਆਉਂਦੀਆਂ ਨੇ। ਪ੍ਰੋਸੈਸ ਅੱਗੇ ਨਾਲੋਂ ਕਾਫੀ ਸੌਖਾ ਹੋ ਗਿਆ, ਪਰ ਸਟਿਲ ਜਦੋਂ ਅਸੀਂ ਪਰਮਿਸ਼ਨ ਵਗੈਰਾ ਲੈਣੀ ਹੁੰਦੀ ਆ ਤਾਂ ਉਹਦੇ ਵਿੱਚ ਕਾਫੀ ਦਿੱਕਤਾਂ ਹੋਈਆਂ। ਸਾਨੂੰ ਇਹ ਹੈ ਕਿ ਜੇ ਕਿਤੇ ਸਰਕਾਰ ਇਹਨਾਂ ਚੀਜ਼ਾਂ ਨੂੰ ਆਨਲਾਈਨ ਕਰ ਦੇਵੇ ਤਾਂ ਉਹਦੇ ਨਾਲ ਕਾਫੀ ਸੌਖਾ ਹੋ ਜਾਏਗਾ ਕਿ ਤੁਸੀਂ ਉੱਥੋਂ ਬੈਠੇ ਆਨਲਾਈਨ ਜਿਹੜੀ ਆ ਪਰਮਿਸ਼ਨ ਲੈ ਸਕਦੇ ਹਾਂ। ਅਤੇ ਬਾਕੀ ਅਸੀਂ ਸਰਕਾਰਾਂ ਅੱਗੇ ਬੇਨਤੀ ਕਰਦੇ ਹਾਂ ਕਿ ਜਿਹੜੇ NRI ਆਉਂਦੇ ਨੇ ਉਹਨਾਂ ਨੂੰ ਹੋਰ ਸੁਖਾਲਾ ਇੱਥੇ ਕੀਤਾ ਜਾਵੇ ਆਉਣ ਦੇ ਲਈ, ਕਿ ਉਹ ਆਉਣ ਆਪੋ ਆਪਣੇ ਪਿੰਡਾਂ ਦੇ ਵਿੱਚ ਸਿੱਖਿਆ ਦੀ, ਮੈਡੀਕਲ ਦੀ ਜੋ ਲੋੜ ਹੈ ਉਹਨੂੰ ਪੂਰਾ ਕਰਨ। ਜਿਹੜੀ ਖੱਜਲ ਖੁਆਰੀ ਏਅਰਪੋਰਟਾਂ 'ਤੇ ਹੁੰਦੀ ਆ ਉਹਨੂੰ ਘਟਾਇਆ ਜਾਵੇ। ਅਤੇ ਬਾਕੀ ਤਾਂ ਚਲੋ ਸਰਕਾਰਾਂ ਆਪਣੇ ਹਿਸਾਬ ਨਾਲ ਕੰਮ ਕਰਦੀਆਂ, ਉੱਥੇ ਜਿੰਨੇ NRI ਬੈਠੇ ਨੇ, ਚਾਹੇ ਉਹ ਇੰਗਲੈਂਡ 'ਚ ਬੈਠੇ ਨੇ, ਅਮੈਰੀਕਾ 'ਚ ਬੈਠੇ ਨੇ, ਆਸਟ੍ਰੇਲੀਆ, ਕੈਨੇਡਾ,
ਉਹਨਾਂ ਹਰ ਇੱਕ ਦਾ ਆਪਣੇ ਪਿੰਡ ਦਾ ਪਿਆਰ ਹੈ। ਜਿੱਦਾਂ ਮੇਰਾ ਆਪਣੇ ਪਿੰਡ ਦਾ ਬਹੁਤ ਪਿਆਰ ਹੈ, ਉਹਨਾਂ ਦਾ ਵੀ ਆਪਣੇ ਪਿੰਡ ਦਾ ਬਹੁਤ ਪਿਆਰ ਹੈ। ਉਹ ਕਰਨਾ ਚਾਹੁੰਦੇ ਨੇ, ਸਿਰਫ ਇੱਕ ਸਰਕਾਰਾਂ ਦਾ ਹੈਗਾ ਕਿ ਜੇ ਸਰਕਾਰਾਂ ਇਸ ਚੀਜ਼ ਨੂੰ ਹੋਰ ਸੌਖਾ ਬਣਾ ਦੇਣਗੀਆਂ। ਮੇਰੇ ਖਿਆਲ ਦੇ ਵਿੱਚ ਸਰਕਾਰਾਂ ਦਾ 50% ਕੰਮ ਜਿਹੜਾ ਉਹ ਐਨ ਆਰ ਆਈ ਆਪਣੇ ਸਿਰ 'ਤੇ ਚੱਕ ਲੈਣਗੇ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ।